ਹੈਲੋ ਡੀਅਰ ਸਟੂਡੈਂਟਸ ਕੀ ਤੁਸੀਂ ਤਿਆਰੀ ਕਰ ਰਹੇ ਹੋ ਨੈਪ ਤਹਿਸੀਲਦਾਰ ਐਗਜ਼ਾਮ ਦੀ ਜੋ ਕਿ ਹੋਣ ਜਾ ਰਿਹਾ ਹੈ 2 ਮਾਰਚ 2022 ਨੂੰ ਤਾਂ ਸਾਇੰਸ ਅਤੇ ਟੈਕਨੋਲੋਜੀ ਦੇ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਮੇਰੇ ਚੈਨਲ এডੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ ਇਸ ਵੀਡੀਓ ਵਿੱਚ ਅਪਾ ਇੰਪੋਰਟੈਂਟ ਕੁਐਸਚਨਸ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਦਾ ਸਬੰਧ ਹੈ ਇਕੋਲੋਜੀ ਅਤੇ এনवायरमेंट ਦੇ ਨਾਲ ਜੁੜੇ ਹੋਏ ਬਹੁਤ ਸਾਰੇ ਪ੍ਰੋਟੋਕੋਲਸ ਦੇ ਨਾਲ ਠੀਕ ਹੈ ਜੀ ਸੋ ਸ਼ੁਰੂ ਕਰਦੇ ਹਾਂ ਕੁਐਸਚਨ ਨੰਬਰ 1 ਪਹਿਲਾ ਕੁਐਸਚਨ ਤੁਹਾਡੇ ਕੋਲ ਹੈ ਚੂਸ ਦਾ ਕਰੈਕਟ ਸਟੇਟਮੈਂਟ অপਸ਼ਨ 1 ਹੈ ਰਾਮਸਰ ਕਨਵੈਨਸ਼ਨ ਇਜ਼ ਦਾ ਕਨਵੈਨਸ਼ਨ ਔਨ ਵੈਟਲੈਂਡਸ ਮਤਲਬ ਇਹ ਇੱਕ ਸਟੇਟਮੈਂਟ ਹੈ ਦੂਜੀ ਸਟੇਟਮੈਂਟ ਹੈ ਇਟ ਵਾਸ ਅਡਾਪਟਡ ਇਨ ਦਾ ਸਿਟੀ ਆਫ ਇਰਾਨ ਰਾਮਸਰ ਠੀਕ ਹੈ ਇਰਾਨ ਕੰਟਰੀ ਹੈ ਰਾਮਸਰ ਉਥੋਂ ਦੀ ਸਿਟੀ ਹੈ ਇਸ ਕਰਕੇ ਉਸ ਨੂੰ ਰਾਮਸਰ ਸਾਈਟ ਰਾਮਸਰ ਕਨਵੈਨਸ਼ਨ ਕਿਹਾ ਜਾਂਦਾ ਹੈ ਠੀਕ ਹੈ ਤਾਂ ਇਹ ਅਡਾਪਟ ਹੋਇਸੀ 1971 ਦੇ ਵਿੱਚ रामसर कन्वेंशन केम इन टू के प्रभावशाली कदों हुई तो यह भी हुई नाइनटीन सैवनटी वन देना है कि ओनली स्टेटमेंट वन करैक्ट है फिर ओनली स्टेटमेंट थ्री इज करैक्ट स्टेटमेंट वन एंड टू आर करैक्ट स्टेटमेंट वन टू एंड थ्री ऑल आर करैक्ट सो राइट आंसर द आएगा ऑप्शन सी स्टेटमेंट वन एंड टू आर करैक्ट ठीक है जी ਤਾਂ ਸਟੇਟਮੈਂਟ 3 ਜਿਹੜੀ ਹੈਗੀ ਆ ਉਹ ਗਲਤ ਕਿਉਂ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ RAMSAR CONVENTION CAME INTO FORCE ਇਸ ਦਾ ਆਏਗਾ 1974 ਓਕੇ 1971 ਦੇ ਵਿੱਚ ਅਡਾਪਟ ਕੀਤੀ ਗਈ ਸੀ ਬਟ 1974 ਦੇ ਵਿੱਚ ਇਹ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਹੋਈ ਸੀ ਕੁਐਸਚਨ ਨੰਬਰ 2 ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ অপਸ਼ਨ A STOCKHOLM CONVENTION ਇਸ ਔਨ POPs पी ओ पी स्टैंड फॉर पॉल्यूशन ऑफ ऑर्गेनिक पॉल्यूटेंट्स सी है स्टॉक होम कन्वेंशन वॉज अडॉप्टेड इन टू थाउजेंड वन इन जनेवा स्विट्जरलैंड ऑप्शन डी है ओनली ए एंड सी आर करेक्ट एंड ऑप्शन ई है ए बी सी आर करेक्ट ओके सो राइट आंसर द आएगा ऑप्शन डी ओनली ए एंड सी आर करेक्ट क्योंकि जो पी ओ पी है वह उसका जो फुल फॉर्म है दैट इज नॉट पॉल्यूशन ऑफ ऑर्गेनिक पॉल्यूटेंट्स बट इट इज़ परसिस्टेंट ऑर्गेनिक पॉल्यूटेंट्स ओके पी ओ पी का फुल फॉर्म है परसिस्टेंट ऑर्गेनिक पॉल्यूटेंट्स नेक्स्ट क्वेश्चन है क्वेश्चन नंबर थ्री चूज द करेक्ट स्टेटमेंट रिलेटेड टू बॉन कन्वेंशन ऑप्शन वन है इट इज़ कन्वेंशन ऑन द कॉन्जरवेशन ऑफ माइग्रेटरी स्पीसीज माइग्रेटरी स्पीसीज होंदिया ने वह वाली स्पीसीज फिर बर्ड्स द ਜੋ ਕਿਸੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਮੂਵ ਕਰ ਜਾਂਦੀਆਂ ਨੇ ਇੰਦਾ ਸਰਚ ਆਫ ਫੂਡ ਔਰ ਫॉर ਮੀਟਿੰਗ ਮੀਟਿੰਗ ਮਤਲਬ ਬਰੀਡਿੰਗ ਪੀਰੀਅਡ ਓਕੇ ਆਫ ਅ ਵਾਈਲਡ ਐਨੀਮਲਸ ਦੂਸਰੀ ਆਪਸ਼ਨ ਹੈ ਇਟ ਵਾਸ ਅਡਾਪਟਡ ਇਨ 1979 ਤੀਸਰੀ ਆਪਸ਼ਨ ਹੈ ਇਟ ਕੇਮ ਇਨਟੂ ਫੋਰਸ ਇਨ 1983 ਆਪਸ਼ਨ ਡੀ ਹੈ ए ਐਂਡ ਸੀ ਆਰ ਕਰੈਕਟ ਆਪਸ਼ਨ ਈ ਹੈ ए बी सी ਆਰ ਕਰੈਕਟ ਸੋ ਇਸਦਾ ਆਨਸਰ ਆਏਗਾ ਆਪਸ਼ਨ ਈ ਕਿ ਤਿੰਨੋਂ ਸਟੇਟਮੈਂਟ ਜਿਹੜੀਆਂ ਹੈਗੀਆਂ ਨੇ ਇਹ ਸਹੀ ਨੇ ਕਿ ਜਿਹੜੀ ਬੋਨ ਕਨਵੈਨਸ਼ਨ ਹੈ ਇਹ ਮਾਈਗਰੇਟਰੀ ਸਪੀਸੀਸ ਦੀ ਕਨ ਸਰਵੇਸ਼ਨ ਨਾਲ ਸੰਬੰਧ ਰੱਖਦੀ ਹੈ 79 ਦੇ ਵਿੱਚ ਅਡਾਪਟ ਕੀਤੀ ਗਈ ਸੀ 83 ਦੇ ਵਿੱਚ ਇਫੈਕਟਿਵ ਹੋਈ ਸੀ ਕੁਐਸਚਨ ਨੰਬਰ 4 ਵਿਚ ਆਫ ਦਾ ਫੋਲੋਇੰਗ ਕਨਵੈਨਸ਼ਨ ਇਜ਼ ਫਾਰ ਪ੍ਰੋਟੈਕਸ਼ਨ ਆਫ ਓਜ਼ੋਨ ਲੇਅਰ ਹੇਠ ਲਿਖਿਆਂ ਵਿੱਚੋਂ ਕਿਹੜੀ ਕਨਵੈਨਸ਼ਨ ਓਜ਼ੋਨ ਲੇਅਰ ਦੀ ਸੁਰੱਖਿਆ ਦੇ ਲਈ ਹੈ ਓਕੇ অপਸ਼ਨ 1 ਹੈ ਕਿਓਟੋ ਪ੍ਰੋਟੋਕਾਲ ਸੈਕੰਡ ਆਪਸ਼ਨ ਹੈ ਵਿਆਨਾ ਕਨਵੈਨਸ਼ਨ ਥਰਡ ਆਪਸ਼ਨ ਹੈ ਮੌਂਟਰੀਅਲ ਪ੍ਰੋਟੋਕਾਲ ਮੌਂਟਰੀਅਲ ਇਸ ਅ ਸਿਟੀ ਇਨ ਕੈਨੇਡਾ ਸੌਰੀ ਇਟ ਇਸ ਅ ਪ੍ਰੋਵਿੰਸ ਇਨ ਕੈਨੇਡਾ ਐਂਡ ਦਾ ਆਪਸ਼ਨ ਡੀ ਹੈ ਆਲ ਆਫ ðiਸ ਓਕੇ ਸੋ ਇਸ ਦਾ ਆਨਸਰ ਆਏਗਾ ਆਪਸ਼ਨ ਬੀ ਵਿਆਨਾ ਕਨਵੈਨਸ਼ਨ ਵਿਆਨਾ ਕਨਵੈਨਸ਼ਨ ਜੋ ਹੈ ਇਟ ਇਸ ਫਾਰ ਪ੍ਰੋਟੈਕਸ਼ਨ ਆਫ ਓਜ਼ੋਨ ਲੇਅਰ ਓਜ਼ੋਨ ਦਾ ਫਾਰਮੂਲਾ ਹੁੰਦਾ ਹੈ O3 ਇਹ ਆਪਣੇ এনवायरमेंट ਦੇ ਵਿੱਚ ਯੂਵੀ ਰੇਜ਼ ਨੂੰ ਡਾਇਰੈਕਟ ਧਰਤੀ ਉੱਪਰ ਆਉਣ ਤੋਂ ਰੋਕਦੀ ਹੈ ਕੁਐਸਚਨ ਨੰਬਰ 5 ਮੌਂਟਰੀਅਲ ਪ੍ਰੋਟੋਕਾਲ ਇਸ ਕਨਸਰਨਡ ਵਿਦ ਮੌਂਟਰੀਅਲ ਪ੍ਰੋਟੋਕਾਲ ਦਾ ਸਬੰਧ ਕਿਸ ਨਾਲ ਹੈ ਆਪਸ਼ਨ 1 ਹੈ ਪ੍ਰੋਟੈਕਸ਼ਨ ਆਫ ਓਜ਼ੋਨ ਲੇਅਰ ਆਪਸ਼ਨ 2 ਹੈ ਸਬਸਟੈਂਸਸ ਥੈਟ ਡਿਪਲੀਟ ਓਜ਼ੋਨ ਲੇਅਰ ਆਪਸ਼ਨ ਸੀ ਹੈ ਬੋਥ ਏ ਐਂਡ ਬੀ ਆਪਸ਼ਨ ਡੀ ਨੀਦਰ ਏ ਨੋਰ ਬੀ ਸੋ ਇਸ ਦਾ ਰਾਈਟ ਆਨਸਰ ਹੈਗਾ ਆਪਸ਼ਨ ਬੀ ਥੈਟ ਇਜ਼ ਸਬਸਟੈਂਸਸ ਥੈਟ ਡਿਪਲੀਟ ਓਜ਼ੋਨ ਲੇਅਰ ਤਾਂ ਉਹ ਕਿਹੜੇ ਸਬਸਟੈਂਸ ਨੇ ਜਿਹੜੇ ਓਜ਼ੋਨ ਲੇਅਰ ਨੂੰ ਡਿਪਲੀਟ ਕਰਦੇ ਨੇ ਜਾਨਕਿ ਖੋਰ ਦਿੰਦੇ ਨੇ ਪਤਲਾ ਕਰ ਦਿੰਦੇ ਨੇ ਤਾਂ ਉਸ ਸਬਸਟੈਂਸ ਦੇ ਵਿੱਚ ਐਗਜ਼ਾਮਪਲ ਆਉਂਦੀ ਹੈ ਆਪਣੇ ਕੋਲ ਸੀएफसी ਜਿਸ ਨੂੰ ਕਿਹਾ ਜਾਂਦਾ ਹੈ ਕਲੋਰੋਫਲੋਰੋਕਾਰਬਨਸ ਓਕੇ ਆਪਣੇ ਜਿਹੜੇ ਏਸੀ ਹੁੰਦੇ ਨੇ ਰੈਫਰਿਜਰੇਟਰ ਹੁੰਦੇ ਨੇ ਜਾਂ ਫਿਰ ਕੋਈ ਵੀ ਉਹ ਸਬਸਟੈਂਸ ਜੋ ਪ੍ਰੈਸ਼ਰ ਦੇ ਨਾਲ ਪੈਕ ਕੀਤਾ ਗਿਆ ਹੋਵੇ ਜਿਵੇਂ ਆਪਣੇ ਪਰਫਿਊਮਸ ਹੁੰਦੇ ਨੇ ਠੀਕ ਹੈ ਜਾਂ ਇਨਹੇਲਰ ਹੁੰਦੇ ਨੇ ਅਸਥਮਾ ਦੇ ਤਾਂ ਉਹਨਾਂ ਦੇ ਵਿੱਚ CFC ਦਾ ਯੂਜ਼ ਹੁੰਦਾ ਸੀ ਬਟ ਹੁਣ ਆਪਾਂ CFC ਨੂੰ ਬੈਨ ਕਰਕੇ ਇਸ ਨੂੰ ਹਾਈਡਰੋਫਲੋਰੋ ਅਲਕੇਨ ਦੇ ਨਾਲ ਰਿਪਲੇਸ ਕਰ ਚੁੱਕੇ ਹਾਂ ਇਸ ਕਰਕੇ ਆਪਾਂ ਓਜ਼ੋਨ ਨੂੰ ਕਾਫੀ ਹੱਦ ਤੱਕ ਰਿਕਵਰ ਕਰ ਚੁੱਕੇ ਹਾਂ ਕੁਐਸਚਨ ਨੰਬਰ 6 ਹੈ ਚੂਜ਼ ਦਾ ਕਰੈਕਟ ਆਪਸ਼ਨ ਇਨ ਅ ਰਿਲੇਸ਼ਨ ਟੂ ਗ੍ਰੀਨ ਹਾਊਸ ਗੈਸ ਐਮਿਸ਼ਨ ਗ੍ਰੀਨ ਹਾਊਸ ਕੀ ਹੈ ਕੁਝ ਗੈਸਸਾਂ ਦਾ ਸਮੂਹ ਹੈ ਜੋ ਆਪਣੇ এনवायरमेंट ਦੇ ਵਿੱਚ ਗਲੋਬਲ ਵਾਰਮਿੰਗ ਕੌਜ਼ ਕਰਦੀਆਂ ਨੇ ਤਾਂ ਉਹਨਾਂ ਨੂੰ ਗ੍ਰੀਨ ਹਾਊਸ ਗੈਸਸ ਕਿਹਾ ਜਾਂਦਾ ਹੈ ओके ਤਾਂ ਹੇਠ ਲਿਖਿਆ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ ਰਿਲੇਟਡ ਟੂ ਦਾ ਗ੍ਰੀਨ ਹਾਊਸ ਗੈਸ ਐਮਿਸ਼ਨ ਆਪਸ਼ਨ ਹੈ ਕਿਓਟੋ ਪ੍ਰੋਟੋਕੋਲ ਇਜ਼ ਐਨ ਇੰਟਰਨੈਸ਼ਨਲ ਪ੍ਰੋਟੋਕੋਲ ਟੂ ਰਿਡਿਊਸ ਦਾ ਗ੍ਰੀਨ ਹਾਊਸ ਗੈਸ ਐਮਿਸ਼ਨ ਕਿ ਕਿਓਟੋ ਪ੍ਰੋਟੋਕੋਲ ਜੋ ਹੈ ਉਹ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਕੀਤੀ ਗਈ ਇੱਕ ਸੰਧੀ ਹੈ ਜਿਸ ਦੇ ਵਿੱਚ ਕੀ ਹੈ ਕਿ ਕੁਝ ਦੇਸ਼ਾਂ ਨੇ ਮਿਲ ਕੇ ਇੱਕ ਪ੍ਰਣ ਕੀਤਾ ਹੁੰਦਾ ਹੈ ਕਿ ਆਪਾਂ ਗ੍ਰੀਨ ਹਾਊਸ ਗੈਸ ਨੂੰ emit ਹੋਣ ਤੋਂ ਰੋਕਣਾ ਹੈ ਇਸ ਦੇ emissions ਨੂੰ ਘਟਾਉਣਾ ਹੈ ਜਿੰਨਾ ਪੋਸੀਬਲ ਹੋਵੇ অপਸ਼ਨ B ਹੈ ਕਿਓਟੋ ਪ੍ਰੋਟੋਕੋਲ ਕੇਮ ਇਨਟੂ ਫੋਰਸ ਇਨ 2005 অপਸ਼ਨ C ਹੈ ओजोन इज ਗ੍ਰੀਨ ਹਾਊਸ ਗੈਸ অপਸ਼ਨ D ਹੈ A B C ਆਰ ਕਰੈਕਟ অপਸ਼ਨ E ਹੈ ਓਨਲੀ C ਇਜ਼ ਇਨਕਰੈਕਟ ਤਾਂ ਆਨਸਰ ਆਏਗਾ অপਸ਼ਨ D A B C ਤਿੰਨੋਂ ਕਰੈਕਟ ਨੇ ਕਿਓਟੋ ਪ੍ਰੋਟੋਕੋਲ ਦਾ ਜਿਹੜਾ ਰਿਲੇਸ਼ਨ ਹੈ ਉਹ ਗ੍ਰੀਨ ਹਾਊਸ ਗੈਸ ਦੇ emission ਦੇ ਨਾਲ ਹੈ 2005 ਦੇ ਵਿੱਚ ਇਸ ਨੂੰ ਅਡਾਪਟ ਕੀਤਾ ਗਿਆ ਸੀ ਤੇ ओजोनिक ਗ੍ਰੀਨ ਹਾਊਸ ਗੈਸ ਹੈ ਕੁਐਸਚਨ ਨੰਬਰ 7 ਸਾਈਟਸ ਸਟੈਂਡ ਫॉर ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਪੀਪੀਐਸਸੀ ਯੂਪੀਐਸ ਇਗਜ਼ਾਮਸ ਦੇ ਲਈ ਸੀਆਈਟੀਈਐਸਸ ਸਾਈਟਸ ਦਾ ਕੀ ਭਾਵ ਹੈ অপਸ਼ਨ ਤੁਹਾਡੇ ਕੋਲ ਨੇ ਕਨ ਸਰਵੇਸ਼ਨ ਆਫ ਇੰਟਰਨੈਸ਼ਨਲ ਟ੍ਰੇਡ ਆਫ ਐਂਡੇਮਿਕ ਸਪੀਸੀਜ਼ ਐਂਡੇਮਿਕ ਸਪੀਸੀਜ਼ ਉਹ ਸਪੀਸੀਜ਼ ਹੁੰਦੀਆਂ ਨੇ ਐਨੀਮਲ ਜਾਂ ਪਲਾਂਟ ਦੀਆਂ ਜੋ ਕਿਸੇ ਇੱਕ ਖਾਸ ਪਾਰਟਿਕੂਲਰ ਏਰੀਆ ਵਿੱਚ ਹੀ ਪਾਈਆਂ ਜਾਂਦੀਆਂ ਨੇ ऑप्शन बी है कन्वेंशन ऑन इंपोर्टेंस इंपोर्टेंट ट्रेड इन एंडेंजर्ड स्पीशीज एंडेंजर्ड स्पीशीज वो ਹੁੰਦੀਆਂ ਨੇ ਜੋ ਸਪੀਸੀਜ਼ ਕਿਸੇ ਖਤਰੇ ਦੇ ਵਿੱਚ ਨੇ ਤੇ ਆਉਣ ਵਾਲੇ ਸਮੇਂ ਵਿੱਚ ਉਹ ਖਤਮ ਹੋ ਸਕਦੀਆਂ ਨੇ ਹਮੇਸ਼ਾ ਦੇ ਲਈ ਹਮੇਸ਼ਾ ਦੇ ਲਈ ਖਤਮ ਹੋਣ ਨੂੰ ਐਕਸਟਿੰਕਟ ਸਪੀਸੀਜ਼ ਕਿਹਾ ਜਾਂਦਾ ਹੈ ਆਪਸ਼ਨ ਸੀ ਹੈ ਤੁਹਾਡੇ ਕੋਲ ਕਨਵੈਂਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਇਨ ਐਂਡੈਂਜਰਡ ਸਪੀਸੀਜ਼ ਆਫ ਵਾਈਲਡ ਫਲੋਰਾ ਐਂਡ ਫਾਨਾ ਫਾਨਾ ਮੀਨਸ ਐਨੀਮਲ ਫਲੋਰਾ ਮਤਲਬ ਪਲਾਂਟ ਕੀ ਕੀ ਕਨਵੈਨਸ਼ਨ ਹੈ ਅੰਤਰਰਾਸ਼ਟਰੀ ਪੱਧਰ ਦੀ ਜਿਸ ਵਿੱਚ ਐਂਡੇਂਜਰਡ ਸਪੀਸੀਸ ਦੇ ਟ੍ਰੇਡ ਦੇ ਉੱਪਰ ਜੋ ਹੈ ਮਤਲਬ ਕਾਬੂ ਕੀਤਾ ਜਾਂਦਾ ਹੈ ਕਰਬ ਲਗਾਇਆ ਜਾਂਦਾ ਹੈ ਕਿ ਐਂਡੇਂਜਰਡ ਸਪੀਸੀਸ ਦਾ ਜਿਹੜਾ ਟ੍ਰੇਡ ਹੈ ਵਪਾਰ ਹੈ ਜਿਹੜਾ ਉਹ ਨਾ ਕੀਤਾ ਜਾਵੇ অপਸ਼ਨ ਡੀ ਹੈ ਕੰਟਰੋਵਰਸੀ ਔਨ ਇੰਟਰਨੈਸ਼ਨਲ ਟ੍ਰੇਡ ਇਨ ਐਂਡੇਂਜਰਡ ਸਪੀਸੀਸ ਆਫ ਦਾ ਵਾਈਲਡ ਫਾਉਨਾ ਐਂਡ ਫਲੋਰਾ ਸੋ ਰਾਈਟ ਆਨਸਰ ਆਏਗਾ অপਸ਼ਨ ਸੀ ਕਿ ਸਾਈਟਸ ਜੋ ਹੈ ਉਹਦਾ ਮੀਨਿੰਗ ਹੈ ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਇਨ ਐਂਡੇਂਜਰਡ ਸਪੀਸੀਜ਼ ਆਫ ਵਾਈਲਡ ਫੋਨਾ ਐਂਡ ਫਲੋਰਾ ਕੁਐਸਚਨ ਨੰਬਰ 8 ਯੂਨਾਈਟਿਡ ਨੇਸ਼ਨਸ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ ਯੂ ਐਨ ਐਫ ਸੀ 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 ਇਸ ਕਨਸਰਨਡ ਵਿਦ ਐਕਸ਼ਨ ਟੂ ਕੰਟਰੋਲ ਕਿ ਇਸਦਾ ਸੰਬੰਧ ਕਿਸ ਚੀਜ਼ ਦੇ ਨਿਯੰਤਰਣ ਦੇ ਲਈ ਹੈ ਆਪਸ਼ਨ ਏ ਹੈ ਯੂਜ਼ ਆਫ ਓਜ਼ੋਨ ਡਿਪਲੀਟਿੰਗ ਸਬਸਟੈਂਸਸ यानी कि क्लोरोफ्लोरोकार्बनज ऑप्शन बी है अमिशन ऑफ द ग्रीन हाउस गैसेस ऑप्शन सी बोथ ए एंड बी ऑप्शन डी ओनली ए इज़ करैक्ट ठीक है सो so, जो भी तो आंसर सोचा है देखो कि थोड़ा आंसर मिलता है या नहीं द राइट आंसर आएगा ऑप्शन बी दैट इज़ द अमिशन ऑफ ग्रीन हाउस गैसेस के नाल संबंध है यू एन एफ सी सी का क्वेश्चन नंबर नाइन चूज द करैक्ट स्टेटमेंट यू एन सी सी डी इज़ यूनाइटेड नेशनस कन्वेंशन टू कॉम्बैट डेजरटिफिकेन डेजरटिफिकेशन तो भाव होंगे है किसी जगह का मारूथल कन्वर्ट हो जाना ओके ऑप्शन बी है यू एन सी सी डी वॉज अडोपट इन नाइनटीन नाइनटी फोर सी ऑप्शन है यू एन सी डी इज़ वन ऑफ द थ्री रीओ कन्वैशनस रियो एक जगह का नाम है ठीक है रियो डी जनैरियो ब्राजील दे है ऑप्शन डी है ऑल आर करैक्ट सो सही आंसर आएगा ऑल ऑप्शनज आर करैक्ट हूँ आप गल करा क्वेश्चन नंबर दस दी क्वेश्चन नंबर टेन वट इज़ सी ओ पी ट्वेंटी फोर ऑप्शन वन इट इज़ द ट्वेंटी फोर्थ मीटिंग ऑफ कॉन्फ्रेंस ऑफ पार्टीज सीओ पी स्टैंड फॉर कॉन्फ्रेंस ऑफ पार्टीज टू यू एन एफ सी सी यानी कि यूनाइटेड नेशनज फ्रेमवर्क कन्वेंशन ऑन कलाइमेट चेंज it looks uh, sorry it took place on 2021 option c it comprises the steps that each member nation ke jo bhi rashtra isde member ne cop24 de is required to take fight global climate change ke global climate change de naal fight karna hovega har nation jo bhi isde member ne and option d tode kol hai ਸਟੇਟਮੈਂਟ B ਇਸ ਇਨਕਰੈਕਟ A ਐਂਡ C ਆਰ ਕਰੈਕਟ ਆਪਸ਼ਨ E ਹੈ ਸਟੇਟਮੈਂਟ A ਐਂਡ B ਆਰ ਕਰੈਕਟ ਸੋ ਰਾਈਟ ਆਨਸਰ ਇਸ ਦਾ ਆਏਗਾ ਆਪਸ਼ਨ D ਥੈਟ ਇਸ ਸਟੇਟਮੈਂਟ B ਇਸ ਇਨਕਰੈਕਟ ਠੀਕ ਹੈ COP 24 ਜੋ ਹੈ ਇਹ 2018 ਦੇ ਵਿੱਚ ਹੋਈ ਸੀ ਨਾ ਕਿ 2021 ਦੇ ਵਿੱਚ ਸੋ A ਤੇ C ਆਪਸ਼ਨ ਸਹੀ ਆਪਸ਼ਨ ਨੇ ਸੋ ਰਾਈਟ ਆਨਸਰ ਆ ਗਿਆ ਆਪਣਾ ਆਪਸ਼ਨ D ਸੋ ਇਹਨਾਂ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਰਿਲੇਟਡ ਟੂ ਸਾਇੰਸ ਐਂਡ ਟੈਕਨੋਲੋਜੀ এনवायरमेंट ਐਂਡ ਇਕੋਲੋਜੀ ਟਾਪਿਕ ਦੇ ਨੈਪ ਤਹਿਸੀਲਦਾਰ ਦੇ ਲਈ ਬਹੁਤ ਸਾਰੇ ਵੀਡੀਓਸ ਤੁਹਾਨੂੰ ਚੈਨਲ ਤੇ ਮਿਲਦੇ ਰਹਿਣਗੇ ਪੀਡੀਫ ਪਰਚੇਸ ਕਰਨ ਦੇ ਲਈ ਤੁਸੀਂ ਬਹੁਤ ਹੀ ਨੋਮੀਨਲ ਅਮਾਉਂਟ ਪੇ ਕਰਕੇ 9876374788 ਉੱਪਰ ਸੰਪਰਕ ਕਰਕੇ ਖਰੀਦ ਸਕਦੇ ਹੋ ਥੈਂਕ ਯੂ ਥੈਂਕਸ ਫॉर ਵਾਚਿੰਗ